ਰੇਲਵੇ ਲਾਈਨਾਂ ਕੋਲ ਇੱਕ ਡੈਡ ਬੋਡੀ ਪਈ ਆ। ਉਹਨੇ ਥੋੜ੍ਹੀ ਦੇਰ ਪਹਿਲਾਂ ਕਾਲ ਆਈ ਸੀ ਇੱਥੋਂ ਕਿਸੇ ਭਰਾ ਦੀ ਕਿ ਰੇਲਵੇ ਲਾਈਨ ਕੋਲ ਇੱਕ ਬੰਦਾ ਮੰਗਿਆ ਪਿਆ। ਜਦੋਂ ਆ ਕੇ ਦੇਖਿਆ ਕਿ ਬੰਦਾ ਲਵਾਲ ਸਕਦਾ, ਆਂਢ ਗੁਆਂਢ ਪੁੱਛਿਆ ਵੀ, ਜਿਹੜੇ ਆਂਢ ਗੁਆਂਢ ਲੋਕ ਵੀ ਫਿਰਦੇ ਸੀ ਉਹਨਾਂ ਨੂੰ ਪੁੱਛਿਆ, ਸਾਹਮਣੇ ਜਿਹੜੇ ਦੁਕਾਨਦਾਰ ਭਰਾ ਆ ਉਹਨਾਂ ਨੂੰ ਪੁੱਛਿਆ, ਪਰ ਉਹਨਾਂ ਦੀ ਨਿਗਾਹ ਵਿੱਚ ਇਹ ਬੰਦਾ ਕੋਈ ਨਜ਼ਰ ਨਹੀਂ ਆਇਆ। ਅਤੇ ਨਾਲ ਦੀ ਨਾਲ ਚੌਂਕੀ ਚਾਕ ਜੀ ਨੂੰ ਫੋਨ ਕਰਕੇ ਬੁਲਾਇਆ ਗਿਆ, ਉਹ ਆ ਗਏ ਇੱਥੇ। ਅਤੇ ਜੇ ਨਾ ਲੱਭਿਆ ਕੋਈ ਇਹਨਾਂ ਦੇ ਘਰ ਦਾ ਵਾਕਸ, ਤਾਂ 72 ਘੰਟਿਆਂ ਬਾਅਦ ਇਹਨਾਂ ਦਾ ਸੰਸਕਾਰ ਕੀਤਾ ਜਾਏਗਾ। ਹੁਣ ਸਰਕਾਰੀ ਹਸਪਤਾਲ ਲੈ ਕੇ ਜਾਂਦੇ। ਮੌਤ ਦਾ ਕੀ ਕਾਰਨ ਹੈ? ਇਹੋ ਜਿਹਾ ਕੁਛ ਸਾਨੂੰ ਨਹੀਂ ਪਤਾ ਲੱਗਿਆ ਜੀ। ਸਾਡਾ ਤਾਂ ਕੰਮ ਹੁੰਦਾ ਵੀ ਸੇਵਾ, ਜੇ ਸਾਨੂੰ ਕਿਸੇ ਦਾ ਫੋਨ ਆਇਆ ਅਸੀਂ ਚੱਕਣਾ ਅਤੇ ਸਰਕਾਰੀ ਹਸਪਤਾਲ ਪਹੁੰਚਾਉਣਾ, ਸਾਡਾ ਇੰਨਾ ਕੰਮ ਹੈ। ਹਜੇ ਇੰਨੀ ਸ਼ਨਾਖਤ ਨਹੀਂ ਹੋ ਸਕਦੀ, 6 ਕਿਲੋਮੀਟਰ ਵਿਚਕਾਰ ਮਿਲੀ ਹੈ। ਅਤੇ ਲਵਾਰਸ ਹੈ, ਉਮਰ ਤਕਰੀਬ 50-55 ਸਾਲ ਹੋ ਗਈ ਹੈ। ਮੌਤ ਦਾ ਕੀ ਕਾਰਨ? ਮੌਤ ਗਰਮੀ ਦਾ ਕਾਰਨ ਹੋ ਸਕਦਾ। 174 ਦੀ ਕਾਰ ਹੋਈ ਵਿੱਚ ਲਿਆਉਂਦੀ ਹੈ। ਬਾਕੀ ਸ਼ਨਾਖਤੀ ਦੇ ਉਪਰਾਲੇ ਕੀਤੇ ਜਾ ਰਹੇ ਹੈ ਜੀ। ਰੇਲਵੇ ਲਾਈਨਾਂ ਕੋਲ ਇੱਕ ਡੈਡ ਬੋਡੀ ਪਈ ਆ। ਉਹਨੇ ਥੋੜ੍ਹੀ ਦੇਰ ਪਹਿਲਾਂ ਕਾਲ ਆਈ ਸੀ ਇੱਥੋਂ ਕਿਸੇ ਭਰਾ ਦੀ ਕਿ ਰੇਲਵੇ ਲਾਈਨ ਕੋਲ ਇੱਕ ਬੰਦਾ ਮੰਗਿਆ ਪਿਆ। ਜਦੋਂ ਆ ਕੇ ਦੇਖਿਆ ਕਿ ਬੰਦਾ ਲਵਾਲ ਸਕਦਾ, ਆਂਢ ਗੁਆਂਢ ਪੁੱਛਿਆ ਵੀ, ਜਿਹੜੇ ਆਂਢ ਗੁਆਂਢ ਲੋਕ ਵੀ ਫਿਰਦੇ ਸੀ ਉਹਨਾਂ ਨੂੰ ਪੁੱਛਿਆ, ਸਾਹਮਣੇ ਜਿਹੜੇ ਦੁਕਾਨਦਾਰ ਭਰਾ ਆ ਉਹਨਾਂ ਨੂੰ ਪੁੱਛਿਆ, ਪਰ ਉਹਨਾਂ ਦੀ ਨਿਗਾਹ ਵਿੱਚ ਇਹ ਬੰਦਾ ਕੋਈ ਨਜ਼ਰ ਨਹੀਂ ਆਇਆ। ਅਤੇ ਨਾਲ ਦੀ ਨਾਲ ਚੌਂਕੀ ਚਾਕ ਜੀ ਨੂੰ ਫੋਨ ਕਰਕੇ ਬੁਲਾਇਆ ਗਿਆ, ਉਹ ਆ ਗਏ ਇੱਥੇ। ਅਤੇ ਜੇ ਨਾ ਲੱਭਿਆ ਕੋਈ ਇਹਨਾਂ ਦੇ ਘਰ ਦਾ ਵਾਕਸ, ਤਾਂ 72 ਘੰਟਿਆਂ ਬਾਅਦ ਇਹਨਾਂ ਦਾ ਸੰਸਕਾਰ ਕੀਤਾ ਜਾਏਗਾ। ਹੁਣ ਸਰਕਾਰੀ ਹਸਪਤਾਲ ਲੈ ਕੇ ਜਾਂਦੇ। ਮੌਤ ਦਾ ਕੀ ਕਾਰਨ ਹੈ? ਇਹੋ ਜਿਹਾ ਕੁਛ ਸਾਨੂੰ ਨਹੀਂ ਪਤਾ ਲੱਗਿਆ ਜੀ। ਸਾਡਾ ਤਾਂ ਕੰਮ ਹੁੰਦਾ ਵੀ ਸੇਵਾ, ਜੇ ਸਾਨੂੰ ਕਿਸੇ ਦਾ ਫੋਨ ਆਇਆ ਅਸੀਂ ਚੱਕਣਾ ਅਤੇ ਸਰਕਾਰੀ ਹਸਪਤਾਲ ਪਹੁੰਚਾਉਣਾ, ਸਾਡਾ ਇੰਨਾ ਕੰਮ ਹੈ। ਹਜੇ ਇੰਨੀ ਸ਼ਨਾਖਤ ਨਹੀਂ ਹੋ ਸਕਦੀ, 6 ਕਿਲੋਮੀਟਰ ਵਿਚਕਾਰ ਮਿਲੀ ਹੈ। ਅਤੇ ਲਵਾਰਸ ਹੈ, ਉਮਰ ਤਕਰੀਬ 50-55 ਸਾਲ ਹੋ ਗਈ ਹੈ। ਮੌਤ ਦਾ ਕੀ ਕਾਰਨ? ਮੌਤ ਗਰਮੀ ਦਾ ਕਾਰਨ ਹੋ ਸਕਦਾ। 174 ਦੀ ਕਾਰ ਹੋਈ ਵਿੱਚ ਲਿਆਉਂਦੀ ਹੈ। ਬਾਕੀ ਸ਼ਨਾਖਤੀ ਦੇ ਉਪਰਾਲੇ ਕੀਤੇ ਜਾ ਰਹੇ ਹੈ ਜੀ। ਰੇਲਵੇ ਲਾਈਨਾਂ ਕੋਲ ਇੱਕ ਡੈਡ ਬੋਡੀ ਪਈ ਆ। ਉਹਨੇ ਥੋੜ੍ਹੀ ਦੇਰ ਪਹਿਲਾਂ ਕਾਲ ਆਈ ਸੀ ਇੱਥੋਂ ਕਿਸੇ ਭਰਾ ਦੀ ਕਿ ਰੇਲਵੇ ਲਾਈਨ ਕੋਲ ਇੱਕ ਬੰਦਾ ਮੰਗਿਆ ਪਿਆ। ਜਦੋਂ ਆ ਕੇ ਦੇਖਿਆ ਕਿ ਬੰਦਾ ਲਵਾਲ ਸਕਦਾ, ਆਂਢ ਗੁਆਂਢ ਪੁੱਛਿਆ ਵੀ, ਜਿਹੜੇ ਆਂਢ ਗੁਆਂਢ ਲੋਕ ਵੀ ਫਿਰਦੇ ਸੀ ਉਹਨਾਂ ਨੂੰ ਪੁੱਛਿਆ, ਸਾਹਮਣੇ ਜਿਹੜੇ ਦੁਕਾਨਦਾਰ ਭਰਾ ਆ ਉਹਨਾਂ ਨੂੰ ਪੁੱਛਿਆ, ਪਰ ਉਹਨਾਂ ਦੀ ਨਿਗਾਹ ਵਿੱਚ ਇਹ ਬੰਦਾ ਕੋਈ ਨਜ਼ਰ ਨਹੀਂ ਆਇਆ। ਅਤੇ ਨਾਲ ਦੀ ਨਾਲ ਚੌਂਕੀ ਚਾਕ ਜੀ ਨੂੰ ਫੋਨ ਕਰਕੇ ਬੁਲਾਇਆ ਗਿਆ, ਉਹ ਆ ਗਏ ਇੱਥੇ। ਅਤੇ ਜੇ ਨਾ ਲੱਭਿਆ ਕੋਈ ਇਹਨਾਂ ਦੇ ਘਰ ਦਾ ਵਾਕਸ, ਤਾਂ 72 ਘੰਟਿਆਂ ਬਾਅਦ ਇਹਨਾਂ ਦਾ ਸੰਸਕਾਰ ਕੀਤਾ ਜਾਏਗਾ। ਹੁਣ ਸਰਕਾਰੀ ਹਸਪਤਾਲ ਲੈ ਕੇ ਜਾਂਦੇ। ਮੌਤ ਦਾ ਕੀ ਕਾਰਨ ਹੈ? ਇਹੋ ਜਿਹਾ ਕੁਛ ਸਾਨੂੰ ਨਹੀਂ ਪਤਾ ਲੱਗਿਆ ਜੀ। ਸਾਡਾ ਤਾਂ ਕੰਮ ਹੁੰਦਾ ਵੀ ਸੇਵਾ, ਜੇ ਸਾਨੂੰ ਕਿਸੇ ਦਾ ਫੋਨ ਆਇਆ ਅਸੀਂ ਚੱਕਣਾ ਅਤੇ ਸਰਕਾਰੀ ਹਸਪਤਾਲ ਪਹੁੰਚਾਉਣਾ, ਸਾਡਾ ਇੰਨਾ ਕੰਮ ਹੈ। ਹਜੇ ਇੰਨੀ ਸ਼ਨਾਖਤ ਨਹੀਂ ਹੋ ਸਕਦੀ, 6 ਕਿਲੋਮੀਟਰ ਵਿਚਕਾਰ ਮਿਲੀ ਹੈ। ਅਤੇ ਲਵਾਰਸ ਹੈ, ਉਮਰ ਤਕਰੀਬ 50-55 ਸਾਲ ਹੋ ਗਈ ਹੈ। ਮੌਤ ਦਾ ਕੀ ਕਾਰਨ? ਮੌਤ ਗਰਮੀ ਦਾ ਕਾਰਨ ਹੋ ਸਕਦਾ। 174 ਦੀ ਕਾਰ ਹੋਈ ਵਿੱਚ ਲਿਆਉਂਦੀ ਹੈ। ਬਾਕੀ ਸ਼ਨਾਖਤੀ ਦੇ ਉਪਰਾਲੇ ਕੀਤੇ ਜਾ ਰਹੇ ਹੈ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।